ਸ਼ਹਿਰ ਵਿੱਚ ਹੋਣ ਵਾਲੇ ਧਾਰਮਿਕ, ਸਮਾਜਿਕ ਅਤੇ ਜ਼ਰੂਰਤਮੰਦਾਂ ਦੀ ਮਦਦ ਦੇ ਕਾਰਜਾਂ ਵਿੱਚ ਹਮੇਸ਼ਾ ਮੋਰੀ ਰਹੇ ਹੋਟਲ ਰਣਵੀਰ ਕਲਾਸਿਕ, ਹੋਟਲ ਰਣਵੀਰ ਪ੍ਰਾਈਮ ਅਤੇ ਵੀਰ ਹੋਟਲ ਦੇ MD ਜੋਗਿੰਦਰ ਸਿੰਘ ਬਲ ਦਾ ਪਿਛਲੇ ਦਿਨੀਂ ਸਵਰਗਵਾਸ ਹੋ ਗਿਆ ਸੀ, ਜਿਨ੍ਹਾਂ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਭਾਗੋ ਜੀ ਪਿੰਡ ਬੱਲਾਂ ਪਠਾਨਕੋਟ ਰੋਡ ਵਿਖੇ ਸੰਪੰਨ ਹੋਈ। ਇਸ ਮੌਕੇ ਦੈਨਿਕ ਸਵੇਰਾ ਦੇ ਸੰਯੁਕਤ ਸੰਪਾਦਕ ਅਭਿਸ਼ੇਕ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ, ਸੰਤ ਬਾਬਾ ਨਿਰਮਲ ਦਾਸ, ਬਾਬਾ ਜੌੜਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਬਲਕਾਰ ਸਿੰਘ, ਸਾਬਕਾ ਵਿਧਾਇਕ KD ਭੰਡਾਰੀ, ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਅਸ਼ੋਕ ਮਲਹੋਤਰਾ, DCP ਜਗਮੋਹਨ, ਪਾਸਪੋਰਟ ਅਧਿਕਾਰੀ ਪ੍ਰਸ਼ੋਤਮ ਪਦਮ, ਰਿਟਾਇਰਡ SSP ਰਜਿੰਦਰ ਸਿੰਘ, ਸ਼ਿਵ ਕਵਰ ਸੰਤੂ, ਜੋਗਿੰਦਰ ਸਿੰਘ, ਸਾਬਕਾ ਸਾਂਸਦ ਅਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ KP, ਅਲੋਕਨਾਥ ਆਂਗਰਾ, ਰਿਟਾਇਰਡ SPS ਮੁਰਾਦ, CA ਸੁਰਿੰਦਰ, ਨਰਿੰਦਰਪਾਲ ਸੋਤਾ, ਨਰਿੰਦਰਪਾਲ ਸਿੰਘ ਢਿੱਲੋਂ, ਲਵ ਗੁਲਾਟੀ, ਪੰਜਾਬੀ ਗਾਇਕ ਫਿਰੋਜ਼ ਖਾਨ ਅਤੇ ਦਵਿੰਦਰ ਦਿਆਲਪੁਰੀ, ਪ੍ਰਦੀਪ ਕੁਮਾਰ, ਡਾਕਟਰ ਕੁਲਵੰਤ ਸਿੰਘ, ਸਰਬਜੀਤ ਸਿੰਘ ਜੰਮੂ, ਨਿਰਮਲ ਸਿੰਘ, ਸ਼ਿਵ ਕਰਨ ਸਿੰਘ, ਹਰਪ੍ਰੀਤ ਬੈਨੀਪਾਲ, ਅਮਨਦੀਪ ਗੋਰਾ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਸਾਇਟੀਆਂ ਨੇ ਅਮਨਦੀਪ ਗੋਰਾ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਸਾਇਟੀਆਂ ਦੇ ਆਗੂਆਂ ਵੱਲੋਂ ਜੋਗਿੰਦਰ ਸਿੰਘ ਬਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ। ਸ਼ਹਿਰ ਵਿੱਚ ਹੋਣ ਵਾਲੇ ਧਾਰਮਿਕ, ਸਮਾਜਿਕ ਅਤੇ ਜ਼ਰੂਰਤਮੰਦਾਂ ਦੀ ਮਦਦ ਦੇ ਕਾਰਜਾਂ ਵਿੱਚ ਹਮੇਸ਼ਾ ਮੋਰੀ ਰਹੇ ਹੋਟਲ ਰਣਵੀਰ ਕਲਾਸਿਕ, ਹੋਟਲ ਰਣਵੀਰ ਪ੍ਰਾਈਮ ਅਤੇ ਵੀਰ ਹੋਟਲ ਦੇ MD ਜੋਗਿੰਦਰ ਸਿੰਘ ਬਲ ਦਾ ਪਿਛਲੇ ਦਿਨੀਂ ਸਵਰਗਵਾਸ ਹੋ ਗਿਆ ਸੀ, ਜਿਨ੍ਹਾਂ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਭਾਗੋ ਜੀ ਪਿੰਡ ਬੱਲਾਂ ਪਠਾਨਕੋਟ ਰੋਡ ਵਿਖੇ ਸੰਪੰਨ ਹੋਈ। ਇਸ ਮੌਕੇ ਦੈਨਿਕ ਸਵੇਰਾ ਦੇ ਸੰਯੁਕਤ ਸੰਪਾਦਕ ਅਭਿਸ਼ੇਕ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ, ਸੰਤ ਬਾਬਾ ਨਿਰਮਲ ਦਾਸ, ਬਾਬਾ ਜੌੜਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਬਲਕਾਰ ਸਿੰਘ, ਸਾਬਕਾ ਵਿਧਾਇਕ KD ਭੰਡਾਰੀ, ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਅਸ਼ੋਕ ਮਲਹੋਤਰਾ, DCP ਜਗਮੋਹਨ, ਪਾਸਪੋਰਟ ਅਧਿਕਾਰੀ ਪ੍ਰਸ਼ੋਤਮ ਪਦਮ, ਰਿਟਾਇਰਡ SSP ਰਜਿੰਦਰ ਸਿੰਘ, ਸ਼ਿਵ ਕਵਰ ਸੰਤੂ, ਜੋਗਿੰਦਰ ਸਿੰਘ, ਸਾਬਕਾ ਸਾਂਸਦ ਅਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ KP, ਅਲੋਕਨਾਥ ਆਂਗਰਾ, ਰਿਟਾਇਰਡ SPS ਮੁਰਾਦ, CA ਸੁਰਿੰਦਰ, ਨਰਿੰਦਰਪਾਲ ਸੋਤਾ, ਨਰਿੰਦਰਪਾਲ ਸਿੰਘ ਢਿੱਲੋਂ, ਲਵ ਗੁਲਾਟੀ, ਪੰਜਾਬੀ ਗਾਇਕ ਫਿਰੋਜ਼ ਖਾਨ ਅਤੇ ਦਵਿੰਦਰ ਦਿਆਲਪੁਰੀ, ਪ੍ਰਦੀਪ ਕੁਮਾਰ, ਡਾਕਟਰ ਕੁਲਵੰਤ ਸਿੰਘ, ਸਰਬਜੀਤ ਸਿੰਘ ਜੰਮੂ, ਨਿਰਮਲ ਸਿੰਘ, ਸ਼ਿਵ ਕਰਨ ਸਿੰਘ, ਹਰਪ੍ਰੀਤ ਬੈਨੀਪਾਲ, ਅਮਨਦੀਪ ਗੋਰਾ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਸਾਇਟੀਆਂ ਨੇ ਅਮਨਦੀਪ ਗੋਰਾ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਸਾਇਟੀਆਂ ਦੇ ਆਗੂਆਂ ਵੱਲੋਂ ਜੋਗਿੰਦਰ ਸਿੰਘ ਬਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ।